पंजाब दे शहर खन्ना तो वड्डी खबर सामने आ रही है जिथे एक नौजवान व्यक्ति दे वल्लो अपनी घरवाली अते सहुरे परिवार तों दुखी होके आत्महत्या की गई है। नौजवान की लाश घर के बाथरूम विच लटकदी मिली है। मृतक के पिता ने दस्या है कि उसका बेटा अपनी पत्नी अते पुत्रा दे नाल पिंड तो खन्ना की नवी कोठी शिफ्ट होया सी। उसके पिता ने जानकारी देंदे दस्या है कि उसके पुत्र नूं तंग परेशान किया जाता सी अते घर के अंदर नहीं वड़न दिता जाता सी, जिस तों दुखी होकर उसके पुत्र वालों यह घोषणा कदम चुकिया गया है। सिटी थाने आया कि साढ़े मुंडा मेरा जिहड़ा अनूप सिंह आ यह 28 साल तो इत्थे रह रहा भी आपके बच्चों के नाल तिने दे बच्चे ने बाकी इहदे घर वाली आ इहनूं वड़न नहीं सी दिंदे। ये कहना कि भी मैनू जगह पैन नूं तां दे दो 28 लख की कोठी लई आए ने 26 लख की वो पिंडों लिया के मेरी जगह बेच के वो इन्हें इहनूं दिता। कहिंदी ये तां इहने कुछ दिता ही नहीं ना सानूं खर्चा दिंदा। वो कहिंदा कि मैं खर्चा इन्हां नूं 6000 दिंदा फैक्टरी 'च कम करदा सी ਤੇ ਜਦ ਨਾ ਇਹ ਮਰਿਆ ਕਹਿੰਦੇ ਗਲ ਫਰਾਹ ਲੈ ਕੇ ਮਰ ਗਿਆ। ਅੱਜ ਤੋਂ 10-15 ਦਿਨ ਪਹਿਲਾਂ ਜਦ ਇਹ ਕੁੱਟਿਆ ਮੁੰਡਿਆਂ ਨੇ ਉਹ ਜਦ ਨਾ ਮਰ ਗਿਆ ਉਹ ਕਰਕੇ ਹੁਣ ਕਹਿੰਦੇ ਗਲ ਫਰਾਹ ਲੈ। ਬਹੁਤ ਵਾਰ ਇੱਥੇ ਥਾਣਿਆਂ 'ਚ ਕਰਾਇਆ ਫਿਰ ਲੈ ਜਾਂਦੀ ਸੀ ਫਿਰ ਤੀਜੇ ਦਿਨ ਫਿਰ ਉਹੀ ਰਫੜ ਪਾ ਲੈਂਦੀ ਸੀ ਮੈਂ ਵੜਨ ਨਹੀਂ ਦੇਣਾ। ਸਾਨੂੰ ਕਹਿੰਦੀ ਤੁਸੀਂ ਬਣਾ ਆਇਓ ਹੁਣ ਖੰਡ ਪਾਠ ਕਰਾਇਆ ਸੀ ਕੋਠੀ 'ਚ ਅਸੀਂ ਮੇਰੀਆਂ ਕੁੜੀਆਂ ਆਈਆਂ ਮੈਂ ਆਇਆ ਸਾਰੇ ਪਰਿਵਾਰ 10 ਬੰਦੇ ਆਏ ਵੀ ਇਹਨੂੰ ਬਾਲ ਲਾ ਨਵੀਂ ਕੋਠੀ 'ਚ। ਕਹਿੰਦੀ ਮੈਂ ਨਹੀਂ ਬਾਲਣੀ ਨਾ ਕਹਿੰਦੀ ਮੈਂ ਆਪਣੀ ਸੱਸ ਨੂੰ ਮੰਗਾਉਣਾ। ਫਿਰ ਸਾਡੇ ਸਾਰੇ ਪਰਿਵਾਰਾਂ 'ਚੋਂ ਕੋਈ ਨਹੀਂ ਆਇਆ ਨਾ ਮੇਰੀਆਂ ਕੁੜੀਆਂ ਆਏ ਨੇ ਜਦ ਸਹਿਜ ਪਾਠ ਆਉਂਦਾ ਸੀ ਫਿਰ ਕਦੇ ਬਾਲ ਲੈਂਦੇ ਤੇ ਕਦੇ ਨਹੀਂ ਆ ਕੇ ਪੈਣਾ ਰੋਟੀ ਨਹੀਂ ਸੀ ਦਿੰਦੇ ਜਮਾਈ ਥੱਲੇ ਪੈਂਦਾ ਸੀ ਹੁਣ ਵੀ ਥੱਲੇ ਪਿਆ ਸੀ ਫੋਟੋ ਦਿਖਾ ਥੱਲੇ ਪਿਆ ਸੀ। ਤੇ ਇਹ ਜੀ ਆਪਣੇ ਉਰੇ ਇਹਨਾਂ ਦੇ ਕਈ ਦਿਨ ਦਾ ਝਗੜਾ ਚੱਲਦਾ ਸੀ ਇਹ ਮੇਰੀ ਆਂਟੀ ਨਾਲ ਜੀ ਤਿੰਨੇ ਦੇ ਮੁੰਡੇ ਨੇ ਤੇ ਕਈ ਦਿਨ ਦਾ ਇਹ 5 ਲੱਖ ਰੁਪਇਆ ਇਹਨਾਂ ਨੇ ਪਿੰਡੋਂ ਜਗ੍ਹਾ ਵੇਚ ਕੇ ਆਏ ਨੇ ਤੇ ਉਰੇ 20 ਸਾਲ ਹੋ ਗਏ ਰਹਿੰਦਿਆਂ ਨੂੰ ਤੇ ਇਹਨੂੰ ਇਹਨਾਂ ਨਾ ਰੋਟੀ ਨਾ ਪਾਣੀ ਇਹਨੂੰ ਅਲੱਗ ਘਰ ਜਿਹੜਾ ਕਿਰਾਏ ਤੇ ਲਿਆ ਹੋਇਆ ਸੀ ਪਹਿਲਾਂ ਉਹ ਘਰ 'ਚ ਇਹਨਾਂ ਨੇ ਰੱਖਿਆ ਹੋਇਆ ਸੀ ਤੇ ਉਹਨੂੰ ਨਾ ਇਹ ਘਰੇ ਵੜਨ ਦਿੰਦੇ ਸੀ ਤੇ ਮੁੰਡੇ ਰੋਜ਼ ਧਮਕੀਆਂ ਉਹ ਇਹਦੀ ਜਿਹੜੀ ਘਰ ਵਾਲੀ ਆ ਮੇਰੀ ਆਂਟੀ ਉਹ ਗਲਤ ਕੰਮ ਕਰਦੀ ਸੀ ਕਿ ਮੇਰਾ ਚਾਚਾ ਜੀ ਰੋਜ਼ ਉਹਨੂੰ ਬੋਲਦਾ ਸੀ ਇਹੀ ਗੱਲ ਪਿੱਛੇ ਕਲੇਸ਼ ਹੁੰਦਾ ਸੀ ਹਰ ਰੋਜ਼ ਤੇ ਇਹਦੇ ਮੁੰਡੇ ਨਾਲ ਰਲ ਕੇ ਉਹਨੂੰ ਕੁੱਟ ਰਹੇ ਸੀ ਉਹਨੂੰ ਟੌਰਚਰ ਕਰ ਰਹੇ ਸੀ ਉਹਨੂੰ ਮੈਂਟਲੀ ਟੌਰਚਰ ਕੀਤਾ ਜਾਂਦਾ ਸੀ ਹਰ ਰੋਜ਼ ਤੇ ਇਹਨਾਂ ਨੇ ਉਹ ਬੰਦੇ ਨੂੰ ਉਰੇ ਵੜ ਨਹੀਂ ਦਿੰਦੇ ਸੀ ਮੇਰੇ ਚਾਚੇ ਨੂੰ ਜਿਹੜਾ ਹੁਣ ਇਹਨਾਂ ਨਵੀਂ ਕੋਠੀ ਲਈ ਆਈ 2.5 ਲੱਖ ਦੀ ਤੇ ਇਹ ਆਪਦੇ ਨਾਲ ਉਰੇ ਆ ਕੇ ਨੇ ਕਿਵੇਂ ਮਰ ਗਿਆ ਜਦ ਇਹਨੂੰ ਘਰ 'ਚ ਵੜਨੇ ਨਹੀਂ ਦਿੰਦੇ ਫਿਰ ਇਹ ਉਰੇ ਆ ਕੇ ਕਿਵੇਂ ਮਰ ਗਿਆ ਤੇ ਟੂਟੀ ਨਾਲ ਇਹ ਕਿਵੇਂ ਫਾ ਲੈ ਲੂਗਾ ਜਦ ਉਹਦੇ ਗੋਡੇ ਤਾਂ ਥੱਲੇ ਲੱਗ ਰਹੇ ਨੇ। ਇਹਦੇ ਜੀ ਸਹੁਰੇ ਨੇ ਇਹਨੇ ਜੀ ਆਂਟੀ ਨੇ ਇਹਦੇ ਨੇ ਦੋਏ ਮੁੰਡਿਆਂ ਨੇ ਰਲ ਕੇ ਇਹਨਾਂ ਨੂੰ ਮਾਰਿਆ ਜੀ। ਇਹ ਬੋਡੀ ਜਮੇ ਹੀ ਸੁੱਕੀ ਪਈ ਆ ਜੇ ਬੰਦਾ ਤਾਜ਼ਾ ਮਰਿਆ ਹੋਊਗਾ ਤਾਂ ਬੋਡੀ ਗਰਮ ਹੋਊਗੀ ਜਮੇ ਸੁੱਕੀ ਪਈ ਆ ਬੋਡੀ ਆਕੜੀ ਪਈ ਆ ਜੀ। ਇਹਨਾਂ ਨੇ ਰਲ ਕੇ ਮਰਿਆ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ। ਕੀ ਮਾਮਲਾ ਜਿਹੜਾ ਤੁਹਾਡੇ ਇੱਥੇ ਪਰਿਵਾਰ ਵਾਲੇ ਮਿਲ ਕੇ ਗਏ ਨੇ ਤੇ ਡੈੱਡ ਬੋਡੀ ਵੀ ਮਿਲੀ ਹੈ ਜੀ? ਅਨੂਪ ਸਿੰਘ ਜੋ ਕਿ GTV ਨਗਰ ਖੰਨਾ ਵਿਖੇ ਰਹਿਣ ਵਾਲਾ ਸੀ ਜਿਸਦੇ ਕਿ ਫਾਦਰ ਸਾਹਿਬ ਜੋ ਕਿ ਸੰਤ ਰਾਮ ਉਹਨਾਂ ਨੇ ਆ ਕੇ ਲੈ ਕੇ ਸਾਨੂੰ ਸੁਸਾਈਡ ਨੋਟ ਪੇਸ਼ ਕੀਤਾ ਔਰ ਅਸੀਂ ਜਿਹੜਾ ਹੈ ਕਿ ਉਹ ਪਰਚਾ ਦਰਜ ਕਰ ਲਿਆ ਔਰ ਜਿਹੜੀ ਡੈੱਡ ਬੋਡੀ ਆ ਉਹ ਅਸੀਂ ਹੋਸਪਿਟਲ ਵਿਖੇ ਜਿਹੜੀ ਆ ਉਹ ਰੱਖ ਦਿੱਤੀ ਗਈ ਆ। ਕਿਹਨਾਂ ਕਿਹਨਾਂ ਦੇ ਖਿਲਾਫ਼ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ ਕੀ ਕਾਰਨ ਆ ਇਸ ਸੁਸਾਈਡ ਦਾ? ਇਹਦੇ ਵਿੱਚ ਜਿਹੜਾ ਸੁਸਾਈਡ 'ਚ ਉਸ ਨੇ ਆਪਣੇ ਉਹਦੀ ਸਾਲੀ ਅਤੇ ਉਹਨੇ ਆਪਣੇ ਸਹੁਰਾ ਸਾਹਿਬ ਦੇ ਖਿਲਾਫ਼ ਲਿਖਿਆ ਅਤੇ ਇੱਕ ਉਹਨਾਂ ਦੇ ਜਿਹੜਾ ਬਿਆਨਾਂ 'ਤੇ ਜਿਹੜਾ ਉਹਦੀ ਵਾਈਫ ਹੈ ਉਸਦਾ ਵੀ ਨਾਂ ਜਿਹੜਾ ਨਾਮ ਲਿਖ ਦਿੱਤਾ। ਕਿਹੜੀ ਧਾਰਾ ਦਾ ਮੁਕੱਦਮਾ ਦਰਜ ਕੀਤਾ ਗਿਆ ਜੀ? ਇਹ 306 ਦਾ ਜਿਹੜਾ ਅਸੀਂ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ। ਅਤੇ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ? ਅੱਗੇ ਜੋ ਵੀ ਕੋਈ ਤਬਦੀਸ਼ ਚਾਹੇਗਾ ਉਹ ਅਮਲ ਵਿੱਚ ਲਿਆ ਜਾਵੇ। ਕਿਸੇ ਦੀ ਅਰੈਸਟ ਹੋਈ ਫਿਲਹਾਲ ਜੀ? ਅਰੈਸਟ ਹਜੇ ਨਹੀਂ ਹੋਈ